sex on the track. ਚੰਡੀਗੜ੍ਹ ਤੋਂ 12 ਕਿਲੋਮੀਟਰ ਦੀ ਦੂਰੀ ਤੇ ਮੋਹਾਲੀ ਦੇ ਵਿੱਚ ਮਨੌਲੀ ਨਾਮ ਦੇ ਪਿੰਡ ਵਿੱਚ ਜਿਸ ਖੰਡਰ ਕਿਲੇ ਨੂੰ ਦੇਖ ਰਹੇ ਹੋ ਇਹ 400 ਸਾਲ ਪੁਰਾਣਾ ਖੰਡਰ ਕਿਲਾ ਹੈ। ਇਸ ਕਿਲੇ ਦੇ ਅੰਦਰ ਰਾਜੇ ਮਹਾਰਾਜੇ ਆਉਂਦੇ ਸਨ ਔਰ ਇਸ ਕਿਲੇ ਵਿੱਚ ਆਰਾਮ ਕਰਦੇ ਸਨ। ਪਿੰਡ ਵਾਲਿਆਂ ਦੇ ਕਹਿਣ ਦੇ ਅਨੁਸਾਰ ਸਰਦਾਰ ਨਵਾਬ ਕਪੂਰ ਸਿੰਘ ਵੀ ਆਪਣੇ ਸਿੰਘਾਂ ਦੇ ਸਮੇਤ ਸਾਥੀਆਂ ਸਮੇਤ ਇਸ ਕਿਲੇ ਵਿੱਚ ਟਿਕਾਣਾ ਕਰਦੇ ਰਹੇ ਸਨ ਔਰ ਇਸ ਜਗ੍ਹਾ ਤੋਂ ਅੱਗੇ ਵੱਲ ਨੂੰ ਚੱਲਦੇ ਰਹੇ ਸਨ। ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਉਸ ਖੰਡਰ ਬਣੇ ਕਿਲੇ ਦੀਆਂ ਨੇ ਜਿਸ ਨਾਲ ਸਿੱਖ ਇਤਿਹਾਸ ਦੀਆਂ ਕੁਝ ਯਾਦਾਂ ਜੁੜੀਆਂ ਹੋਈਆਂ ਨੇ। ਇਹ ਕਿਲਾ ਜ਼ਿਲ੍ਹਾ ਮੋਹਾਲੀ ਦੇ ਮਨੌਲੀ ਪਿੰਡ 'ਚ ਹੈ ਜੋ ਚੰਡੀਗੜ੍ਹ ਤੋਂ ਸਿਰਫ 12 ਕਿਲੋਮੀਟਰ ਦੂਰ ਪੈਂਦਾ ਹੈ। ਜੇਕਰ ਇਸ ਕਿਲੇ ਦੇ ਇਤਿਹਾਸ ਬਾਰੇ ਦੇਖੀਏ ਤਾਂ ਇਸ ਪਿੰਡ ਦੇ ਲੋਕਾਂ ਅਨੁਸਾਰ ਇਸ ਕਿਲੇ ਦਾ ਸੰਬੰਧ ਬਾਬਾ ਬੰਦਾ ਸਿੰਘ ਬਹਾਦਰ ਨਾਲ ਜੋੜਿਆ ਜਾਂਦਾ ਹੈ। ਨਾਲ ਹੀ ਕੁਝ ਲੋਕ ਇਹ ਵੀ ਦੱਸਦੇ ਨੇ ਕਿ ਨਵਾਬ ਕਪੂਰ ਸਿੰਘ ਜੀ ਨੇ ਇਸ ਕਿਲੇ 'ਤੇ ਕਬਜ਼ਾ ਕੀਤਾ ਸੀ। ਦੱਸਿਆ ਜਾਂਦਾ ਕਿ ਇਸ ਕਿਲੇ 'ਤੇ ਮੁਗਲਾਂ ਦਾ ਕਬਜ਼ਾ ਸੀ ਜਿਸ ਨੂੰ ਨਵਾਬ ਕਪੂਰ ਸਿੰਘ ਨੇ ਛੁਡਾਇਆ ਸੀ। ਇਸ ਤੋਂ ਬਾਅਦ ਕਿਉਂਕਿ ਨਵਾਬ ਕਪੂਰ ਸਿੰਘ ਦੀ ਕੋਈ ਔਲਾਦ ਨਹੀਂ ਸੀ ਸੋ ਉਹਨਾਂ ਨੇ ਇਸ ਕਿਲੇ ਦੀ ਜਥੇਦਾਰੀ ਇੱਕ ਹੋਰ ਸਿੰਘ ਨੂੰ ਸੌਂਪੀ ਅਤੇ ਦੱਸਿਆ ਜਾਂਦਾ ਹੈ ਕਿ ਉਸੇ ਸਿੰਘ ਦੀਆਂ ਅਗਲੀਆਂ ਪੀੜ੍ਹੀਆਂ ਨੇ ਫਿਰ ਇਸ ਕਿਲੇ ਦੀ ਦੇਖਭਾਲ ਕੀਤੀ। ਜੇਕਰ ਮੌਜੂਦਾ ਹਾਲਾਤ ਦੀ ਗੱਲ ਕਰੀਏ ਤਾਂ ਅੱਜ ਦੇ ਸਮੇਂ ਇਸ ਦੀ ਹਾਲਤ ਕਾਫੀ ਖਸਤਾ ਹੈ। ਇਸ ਕਿਲੇ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਕਿਲੇ ਦਾ ਪ੍ਰਬੰਧ ਸਰਕਾਰ ਨੇ ਆਪਣੇ ਹੱਥਾਂ ਵਿੱਚ ਲੈ ਲਿਆ ਪਰ ਕਿਲੇ ਦੀ ਹਾਲਤ ਦੇਖ ਕੇ ਅਜਿਹਾ ਲੱਗਦਾ ਨਹੀਂ ਹੈ। ਪੰਜਾਬ ਸਰਕਾਰ ਜਾਂ ਸ਼੍ਰੋਮਣੀ ਕਮੇਟੀ ਨੂੰ ਇਸ ਇਤਿਹਾਸਕ ਕਿਲੇ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈਣਾ ਚਾਹੀਦਾ ਤਾਂ ਜੋ ਇਸ ਕਿਲੇ ਨੂੰ ਇੱਕ ਯਾਦਗਾਰ ਦੇ ਰੂਪ ਵਿੱਚ ਸਾਂਭ ਕੇ ਰੱਖਿਆ ਜਾ ਸਕੇ। ਇੱਕ ਵਿਸ਼ੇਸ਼ ਬੇਨਤੀ ਕਿ ਇਸ ਕਿਲੇ ਸੰਬੰਧੀ ਇਹ ਜਾਣਕਾਰੀ ਇੰਟਰਨੈਟ ਦੇ ਸਰੋਤਾਂ ਤੋਂ ਲਈ ਗਈ ਹੈ ਅਤੇ ਜਾਣਕਾਰੀ ਅਧੂਰੀ ਦੱਸੀ ਜਾਂਦੀ ਹੈ ਸੋ ਜੇਕਰ ਕਿਸੇ ਕੋਲ ਇਸ ਕਿਲੇ ਬਾਰੇ ਇਸ ਦੇ ਇਤਿਹਾਸ ਬਾਰੇ ਜਾਣਕਾਰੀ ਹੋਵੇ ਤਾਂ ਵੀਡੀਓ ਵਿੱਚ ਦਿੱਤੇ ਈਮੇਲ ਐਡਰੈਸ ਜਾਂ ਵਟਸਐਪ ਨੰਬਰ 'ਤੇ ਸੰਪਰਕ ਜ਼ਰੂਰ ਕਰੇ।